ਹੋਰ ਜਿਹੜੇ 16 ਆਸਣ ਗਿਣੇ ਨੇ ਉਹਨਾਂ ਵਿੱਚੋਂ ਜਿਹੜੇ 4 ਸ੍ਰੇਸ਼ਟ ਨੇ ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ। ਕਹਿੰਦੇ ਉਹਨਾਂ ਵਿੱਚ ਸਿੰਘ ਆਸਣ, ਜਿਵੇਂ ਸ਼ੇਰ ਬੈਠਦਾ, ਪਦਮ ਆਸਣ, ਸਿੱਧ ਆਸਣ, ਭਦਰ ਆਸਣ, ਇਹ 4 ਆਸਣ ਜਿਹੜੇ ਨੇ ਚੰਗੇ ਹਨ। ਇਹਨਾਂ ਵਿੱਚ ਫਿਰ ਅੱਗੇ 2 ਆਸਣ ਜਿਹੜੇ ਨੇ ਉਹ ਸ੍ਰੇਸ਼ਟ ਮੰਨੇ ਹਨ। ਸਿੱਧ ਪਦਮ ਇਨ ਦੁਆ ਮੈਂ ਸਿੱਧ ਬਰ, ਇਸ ਪ੍ਰਕਾਰ ਆਸਨ ਕਰੇ ਅੰਤ। ਸਿੱਧ ਆਸਣ ਤੇ ਪਦਮ ਆਸਣ 2 ਜਿਹੜੇ ਨੇ ਇਹ ਖਾਸ, ਪਰ ਇਹਦੇ ਵਿੱਚ ਫਿਰ ਕਹਿੰਦੇ ਸਿੱਧ ਬਰ, ਬਰ ਹੁੰਦਾ ਸ੍ਰੇਸ਼ਟ, ਜਿਹੜਾ ਸਿੱਧ ਆਸਣ ਹੈ। ਸੋ ਇਸ ਤਰ੍ਹਾਂ ਸਾਰਿਆਂ ਨਾਲੋਂ ਵਧੀਆ ਗਿਣਿਆ ਗਿਆ ਇਸ ਪ੍ਰਕਾਰ ਆਸਣ ਜਿਹੜੇ ਕਰੀਦੇ ਹਨ। ਪ੍ਰਾਣਾਯਾਮ ਤ੍ਰਿਦਾ ਇੱਕ ਉੱਤਮ, ਮੱਧਮ ਅਰ ਕਨਿਸ਼ਟ ਜਿਨ ਅੰਤ। ਹੁਣ ਅੱਗੇ ਪ੍ਰਾਣਾਯਾਮ ਪ੍ਰਾਰੰਭ ਕੀਤਾ ਹੈ। ਇਹ ਜਿਹੜੇ ਆਸਣ ਨੇ ਦੱਸੇ, ਪਦਮ ਆਸਣ ਲਾਉਣਾ, ਸਿੱਧ ਆਸਣ ਲਾਉਣਾ, ਇਹ ਜਦੋਂ ਗੁਰੂ ਨਾਨਕ ਦੇਵ ਜੀ ਦੀ ਕਥਾ ਆਵੇਗੀ ਉੱਥੇ ਆਵੇਗਾ ਇਹ ਸਾਰਾ। ਦੁਬਾਰਾ ਆਸਣ ਆਉਣਗੇ। ਇਸੇ ਪ੍ਰਕਾਰ ਹੁਣ ਪ੍ਰਾਣਾਯਾਮ 3 ਤਰ੍ਹਾਂ ਦਾ ਹੁੰਦਾ ਹੈ, ਇੱਕ ਉੱਤਮ ਹੈ, ਇੱਕ ਮੱਧਮ ਹੈ, ਇੱਕ ਕਨਿਸ਼ਠ ਹੈ, ਭਾਵ ਇੱਕ ਏ ਕਲਾਸ, ਇੱਕ ਬੀ ਕਲਾਸ ਹੈ, ਇੱਕ ਸੀ ਕਲਾਸ ਹੈ। ਆਮ ਤੌਰ 'ਤੇ ਸੀ ਵਾਲਾ ਜ਼ਿਆਦਾ ਕਰਦੇ ਨੇ ਕਿਉਂਕਿ ਇਹ ਜ਼ੋਰ ਘੱਟ ਲੱਗਦਾ ਹੈ, ਉਹਨੂੰ ਦੁੱਗਣਾ ਕਰਨਾ। ਉਹ ਬੀ ਕਲਾਸ, ਏ ਕਲਾਸ ਵਾਲੇ ਜਿਹੜੇ ਨੇ ਉਹ ਸਾਰਿਆਂ ਨਾਲੋਂ ਹੀ ਉੱਤਮ ਹੋ ਜਾਂਦੇ ਹਨ। ਦੁਆਦਸ਼ ਮਾਤਰ ਚੰਦ ਕਰ ਪੂਰੇ, ਕੁੰਭਕ ਸ਼ਕਤ ਪ੍ਰਮਾਣ ਰਖੰਤ। ਕੀ ਕਰਦੇ ਨੇ ਕਿ ਜਿਹੜੀ ਚੰਦਰਮਾ ਦੀ ਸੁਰ ਹੈ ਸੱਜੀ ਸਾਡੀ, ਉਸ ਦੇ ਰਾਹੀਂ ਚੜਾਉਂਦੇ ਨੇ, ਠੰਡੀ ਸੁਰ ਦੇ ਰਾਹੀਂ 12 ਵਾਰੀ ਓ ਅੰਗ ਕਹਿ ਕੇ ਸਵਾਸਾਂ ਨੂੰ ਉੱਪਰ, ਅਤੇ ਇਹ ਜਾ ਕੇ ਇਹਨੂੰ ਜਿੱਥੇ ਠਹਿਰਾਉਂਦੇ ਨੇ ਕੁੰਭਕ ਤੋਂ ਭਾਵ ਠਹਿਰਾਉਣਾ। ਸੋ 12 ਵਾਰੀ ਓ ਅੰਗ ਆ ਕੇ ਸਵਾਸਾਂ ਨੂੰ ਉੱਪਰ ਲਿਜਾਣਾ, ਕੁੰਭਕ ਤੋਂ ਭਾਵ ਠਹਿਰਾਉਣਾ। ਸ਼ਕਤ ਪ੍ਰਮਾਣ, ਜਿੰਨੀ ਕੁ ਤੁਹਾਡੇ ਅੰਦਰ ਸ਼ਕਤੀ ਹੈ ਓਨਾ ਕੁ ਚਿਰ ਰੋਕ ਕੇ ਆਪਣੇ ਅੰਦਰ ਰੱਖਣਾ। ਰੀਚੈ ਖੋੜ ਸਮਾਤਰ ਸੂਰਜ ਕਰ, ਪ੍ਰਾਣਾਯਾਮ ਕਨਿਸ਼ਟ ਪਛਾਣ। ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਰੇਚਕ ਕਰਨਾ, ਰੇਚਕ ਹੁੰਦਾ ਉਤਾਰਨਾ। 12 ਵਾਰੀ ਕਹਿ ਕੇ ਓਂਗ ਉੱਤੇ ਨੂੰ ਚੜਾਉਣੇ ਸਵਾਸ, ਫਿਰ ਉਤਾਰਨੇ ਸੂਰਜ ਦੀ ਸੁਰ ਰਾਹੀਂ। ਉਤਾਰਨ ਵੇਲੇ ਫਿਰ ਜਿਹੜਾ ਹੈ ਇਸ ਤਰ੍ਹਾਂ ਕਹਿਣਾ ਓ ਅੰਗ ਕਰਕੇ 16 ਵਾਰੀ ਉੱਤੇ ਜਿਹੜਾ ਹੈ ਕੁੰਭਕ ਜਿਹੜਾ ਟਿਕਾਉਣਾ ਹੈ ਇਹਨਾਂ ਨੂੰ, ਤੇ ਜਿਹੜਾ ਉਤਾਰਨਾ ਹੈ ਫਿਰ 12 ਵਾਰੀ ਉਤਾਰਨਾ। ਉਤਾਰਨ ਵੇਲੇ ਓ ਅੰਗ ਦਾ ਜਾਪ ਕਰਨਾ, ਇਸ ਤਰ੍ਹਾਂ ਟਿਕਾਉਂਦੇ ਨੇ। ਟਿਕਾਉਣ ਦੇ ਨਾਲ ਅੰਦਰ ਦਸਮ ਦੁਆਰ ਤੱਕ ਜਾਣ ਦੇ ਜਿਹੜੇ ਰਸਤੇ ਨੇ ਉਹ ਯੋਗੀਆਂ ਦੇ ਖੁੱਲਦੇ ਨੇ। ਤਾਂ ਦੱਸਦੇ ਨੇ ਆਪਾਂ ਨੂੰ ਇਹ ਯੋਗ ਜਿਹੜਾ ਹੈ 2 ਤਰ੍ਹਾਂ ਦਾ ਹੈ, ਇੱਕ ਹੱਠ ਯੋਗ ਹੈ, ਇੱਕ ਸਹਿਜ ਯੋਗ ਹੈ। ਯੋਗ ਤਾਂ ਆਪਾਂ ਵੀ ਕਮਾਉਂਦੇ ਹਾਂ, ਆਪਣਾ ਯੋਗ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਰਾਜ ਯੋਗ, ਆਪਾਂ ਨੂੰ ਬਖਸ਼ਿਸ਼ ਕੀਤਾ ਗ੍ਰਿਸਤ ਵਿੱਚ ਰਹਿੰਦੇ ਹਾਂ ਯੋਗ ਕਮਾਉਣਾ। ਸੋ ਮਹਾਰਾਜ ਕਹਿੰਦੇ ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਇਹ ਪਹਿਲਾਂ ਰੇਚਾ ਖੋੜਸ ਮਾਤਰ ਸੂਰਜ ਕਰ। ਹੁਣ ਜਦੋਂ ਉਤਾਰਨਾ ਉਦੋਂ 16 ਵਾਰੀ ਫਿਰ ਓ ਅੰਗ ਕਹਿ ਕੇ ਜਦੋਂ ਉਤਾਰਨਾ ਤਾਂ ਪ੍ਰਾਣਾਯਾਮ ਕਨਿਸ਼ਟ ਪਛਾਣ, ਪਹਿਲਾਂ ਜਿਹੜਾ ਸਾਰਿਆਂ ਨਾਲੋਂ ਘੱਟ ਕਰਨ ਵਾਲੇ ਨੇ ਕਨਿਸ਼ਟ ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਨੂੰ ਕਹਿੰਦੇ ਨੇ ਕਨਿਸ਼ਟ ਪ੍ਰਾਣਾਯਾਮ ਹੈ। ਕਿਸੈ ਕਰੈ ਦੁਗਣੀ ਕੈ ਮੱਧਮ, ਤ੍ਰਿਗੁਣੀ ਮਾਤਰ ਸੁਤਮ ਜਾਨ। ਜਿਹੜਾ ਇਹਨਾਂ ਨੂੰ ਹੀ ਦੁੱਗਣੀਆਂ ਕਰ ਦਿੰਦਾ ਹੈ, 12 ਵਾਰੀ ਓ ਅੰਗ ਕਹਿਣ ਨੂੰ 24 ਵਾਰੀ ਕਰ ਦੇਣਾ, ਤੇ ਉੱਤੇ ਠਹਿਰਾਉਣਾ ਜਿਹੜਾ ਹੈ ਉਹ 32 ਵਾਰੀ ਓ ਅੰਗ ਕਹਿਣਾ, ਫਿਰ 32 ਵਾਰੀ ਉਤਾਰਨ ਵਿੱਚ ਕਹਿਣਾ। ਇਹ ਦੁੱਗਣੇ ਵਿੱਚ ਜਿਹੜਾ ਕਰ ਲੈਂਦਾ ਹੈ ਅਭਿਆਸੀ, ਉਹ ਮੱਧਮ ਪ੍ਰਾਣਾਯਾਮੀ ਬਣ ਜਾਂਦਾ ਹੈ, ਬੀ ਕਲਾਸ 'ਚ ਆ ਜਾਂਦਾ ਹੈ। ਇਦੋਂ ਤਿੱਗਣਾ ਕਰ ਦੇਣਾ,
ਜਿਹੜਾ ਇਦੋਂ ਤਿੱਗਣਾ ਕਰ ਦੇਵੇ ਓਂਗ 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 ਕਰਕੇ ਸਵਾਸ ਚੜ੍ਹਾਈ ਜਾਂਦਾ ਫਿਰ ਠਹਿਰਾਉਂਦਾ, ਤਿੱਗਣਾ ਸਮਾਂ ਲਾਉਂਦਾ, ਫਿਰ ਤਿੱਗਣੀ ਵਾਰੀ ਵਿੱਚ ਉਸ ਤਰ੍ਹਾਂ ਹੀ ਉਤਾਰਦਾ ਉਹਨੂੰ ਉਹਨੂੰ ਸਾਰਿਆਂ ਨਾਲੋਂ ਉੱਤਮ ਪ੍ਰਾਣਾਯਾਮੀ ਗਿਣਦੇ ਹਨ। ਉੱਠੇ ਬਿਰਤੀ ਇੱਕ ਗ੍ਰਹਿਣ ਕਰੇ ਤੇ ਪ੍ਰਤਿਹਾਰ ਨਾਮ ਪਹਿਚਾਣ। ਇਹਦੇ ਚ ਇੱਕ ਪ੍ਰਤਿਹਾਰ ਆਉਂਦਾ ਹੈ। ਇਹ ਜਦੋਂ ਆਪਾਂ ਸੱਤ ਭੂਮਿਕਾ ਗਿਣਦੇ ਹਾਂ ਪ੍ਰਤਿਹਾਰ ਉਦੋਂ ਵੀ ਆਉਂਦਾ ਹੈ। ਜਦੋਂ ਬਿਰਤੀ ਉੱਠਦੀ ਹੈ ਕਿਸੇ ਪਾਸੇ ਜਾਣ ਨੂੰ ਤੇ ਇਹਨੂੰ ਰੋਕਣਾ, ਕਿਉਂਕਿ ਆਪਣਾ ਮਨ ਤਾਂ ਤੁਰਿਆ ਹੀ ਰਹਿੰਦਾ ਹੈ, ਕਦੇ ਬਿਰਤੀ ਕਿਸੇ ਪਾਸੇ ਉਖੜ ਗਈ, ਕਦੇ ਕਿਸੇ ਪਾਸੇ ਉਖੜ ਗਈ। ਪੰਜ ਪ੍ਰਕਾਰ ਨਾਲ ਬਿਰਤੀ ਉਖੜਦੀ ਹੈ, ਪ੍ਰਮਾਣ, ਫਿਰ ਵਿਪਰਜੇ, ਨਿੰਦਰਾ, ਵਿਕਲਪ, ਸਿਮਰਤੀ। ਪ੍ਰਮਾਣ ਤਿੰਨ ਤਰ੍ਹਾਂ ਦੇ ਵੰਡੇ ਜਾਂਦੇ ਨੇ ਹਿੱਸੇ ਪ੍ਰਮਾਣ ਦੇ ਸਾਹਮਣੇ ਅੱਖਾਂ ਨਾਲ ਜਿਹੜੀ ਚੀਜ਼ ਦਿਖਦੀ ਹੈ, ਕਥਾ ਸੁਣਦਿਆਂ ਐਵੇਂ ਖਿਆਲ ਚੱਲਿਆ ਗਿਆ, ਮੰਨੋ ਕਿ ਮਹਾਰਾਜ ਦੇ ਰੁਮਾਲੇ 'ਚ ਹੀ ਖਿਆਲ ਚੱਲਿਆ ਗਿਆ ਜਾਂ ਗੁਲਦਸਤੇ 'ਚ ਖਿਆਲ ਚੱਲਿਆ ਗਿਆ, ਮਨ ਨੇ ਉੱਥੋਂ ਹੋਰ ਹੀ ਕੁਛ ਸ਼ੁਰੂ ਕਰ ਦੇਣਾ ਵੀ ਇਹਦੇ ਨਾਲ ਦਾ ਗਮਲਾ ਮੈਂ ਕਿਤੇ ਦੇਖਿਆ ਸੀ, ਬਸ ਉਲਝ ਗਿਆ। ਕਥਾ ਤਾਂ ਗਈ ਭੁੱਲ, ਕਿੱਥੇ ਦੇਖਿਆ ਸੀ, ਕਿੰਨੇ ਦਾ ਆਇਆ ਸੀ, ਪਤਾ ਨਹੀਂ ਅਸੀਂ ਖਰੀਦਿਆ ਸੀ, ਹੋਰ ਹੀ ਕਹਾਣੀ ਬਣਾ ਲੈਂਦਾ ਮਨ। ਜਾਂ ਫਿਰ ਕੰਨਾਂ ਨਾਲ ਖੜਕਾ ਸੁਣਨਾ, ਪੱਥਰ ਵਾਲੀ ਮਸ਼ੀਨ ਚੱਲਦੀ ਜਿਵੇਂ, ਫਿਰ ਆ ਯਾਦ ਆਉਣ ਲੱਗ ਜਾਂਦਾ ਵੀ ਉੱਥੇ ਫਲਾਂਦਾ ਪੱਥਰ ਲੱਗਦਾ ਸੀ, ਐਂ ਸੀ ਆਉਂ ਸੀ, ਇਹ ਵੀ ਉਧੇੜ ਬੁਣ ਸ਼ੁਰੂ ਹੋ ਗਈ ਮਨ ਦੀ। ਉਹ ਕਥਾ ਵਿੱਚ ਹੀ ਰਹਿ ਗਈ ਆਪਣੀ, ਪਤਾ ਹੀ ਲੱਗਿਆ ਕਿਹੜੇ ਵੇਲੇ ਕਿੱਧਰ ਨੂੰ ਮਨ ਨਿਕਲ ਗਿਆ। ਜਾਂ ਖੁਸ਼ਬੂ ਹੁੰਦੀ ਹੈ ਜਿਹੜੀ, ਜੇ ਕੋਈ ਖੁਸ਼ਬੂ ਆ ਗਈ, ਖੁਸ਼ਬੂ ਰਾਹੀਂ ਮਨ ਖਿੜ ਜਾਂਦਾ, ਇਹ ਖੁਸ਼ਬੂ ਕਾਹਦੀ ਹੈ, ਬਸ ਇੱਧਰ ਨੂੰ ਮਨ ਚੱਲ ਪਿਆ। ਪ੍ਰਮਾਣ ਹੁੰਦਾ ਦੇਖਣ ਵਾਲੀਆਂ ਚੀਜ਼ਾਂ 'ਚ ਮਨ ਨੇ ਵਿਅਸਤ ਹੋ ਜਾਣਾ, ਜਾਂ ਕਿਤੇ ਧੂੰਆਂ ਨਿਕਲਦਾ ਦੇਖਿਆ, ਲੈ ਵੀ ਅੱਗ ਲੱਗ ਗਈ। ਇਸ ਤਰ੍ਹਾਂ ਕਰਕੇ ਕਹਿੰਦੇ ਨੇ ਇਹ ਪ੍ਰਮਾਣ ਬਿਰਤੀ ਹੈ, ਬਿਰਤੀ ਉੱਠਦਿਆਂ ਹੀ ਦੱਬ ਲੈਣੀ। ਇਸੇ ਗੱਲੋਂ ਆਪਾਂ ਡੰਡਾ ਲੈ ਕੇ ਖੜਨਾ ਸੁਚੇਤ ਹੋ ਕੇ, ਕਿਉਂਕਿ ਮਨ ਨੂੰ ਨਿਕਲ ਨਹੀਂ ਦੇਣਾ ਕਿਸੇ ਪਾਸੇ। ਆਪਾਂ ਨਹੀਂ ਦੇਖਣਾ ਸਾਹਮਣੇ ਕੀ ਹੋ ਰਿਹਾ, ਅੱਖਾਂ ਨੀਵੀਆਂ ਰੱਖੋ ਆਪਣੀਆਂ, ਸੌਖੇ ਰਹੋਗੇ। ਇਸੇ ਪ੍ਰਕਾਰ ਕੰਨਾਂ ਨਾਲ ਜਿਹੜੀ ਕੋਈ ਆਵਾਜ਼ ਸੁਣਦੀ ਹੈ ਉਹ ਨਾ ਸੁਣੋ, ਕਥਾ ਸੁਣੋ, ਖੁਸ਼ਬੂ ਨੂੰ ਨਾ ਸੁੰਘੋ ਜ਼ਿਆਦਾ। ਆਉਂਦੀ ਹੋਊਗੀ ਖੁਸ਼ਬੂ, ਪਰ ਆਹ ਮਹਿੰਗੀ ਚੀਜ਼ ਹੈ ਬਹੁਤ, ਕਿੰਨੀ ਕੀਮਤੀ ਕਥਾ ਹੋ ਰਹੀ ਹੈ। ਇਸ ਤਰ੍ਹਾਂ ਪ੍ਰਮਾਣ ਦਿਖਦੀਆਂ ਚੀਜ਼ਾਂ 'ਚ ਮਨ ਨੇ ਪਰਚਣਾ, ਵਿਪਰਜੇ ਪੁੱਠੇ ਖਿਆਲ ਆਉਣੇ, ਨੀਂਦ ਆਉਣੀ, ਪਿਛਲੀਆਂ ਗੱਲਾਂ ਯਾਦ ਆਉਣੀਆਂ, ਵਿਕਲਪ ਹੁੰਦਾ, ਸੇਵਾ ਥੋੜ੍ਹੀ, ਮੰਗਣ ਬਹੁਤਾ। ਜਪਜੀ ਸਾਹਿਬ ਦਾ ਖਾਨੀ ਮਸਾਂ ਪਾਠਕ ਪੂਰਾ ਕੀਤਾ ਕਿ ਨਹੀਂ, ਕਹਿੰਦਾ ਜੇ ਭਾਈ ਗੋਪਾਲੇ ਵਾਂਗੂ ਮੈਨੂੰ ਵੀ ਐਂ ਮਿਲ ਜੇ। ਭਾਈ ਗੋਪਾਲਾ ਹੀ ਸਿੱਧਾ ਬਣ ਨੂੰ ਫਿਰਦੇ ਇੱਕ ਜਪਜੀ ਸਾਹਿਬ ਤੇ। ਇਹ ਪੰਜ ਪ੍ਰਕਾਰ ਨਾਲ ਆਪਣੀ ਬਿਰਤੀ ਖਿੰਡਦੀ ਹੈ। ਤੋ ਕਹਿੰਦੇ ਜਦੋਂ ਹੀ ਬਿਰਤੀ ਤਾਂ ਨੂੰ ਉੱਠੇ ਤਾਂ ਖਿੰਡੇ ਤਾਂ ਦੌੜੇ ਤਾਂ ਉਸੇ ਟਾਈਮ ਦੱਬ ਲੈਣਾ। ਇਹਨੂੰ ਪ੍ਰਤਿਹਾਰ ਕਹਿੰਦੇ ਨੇ, ਇਹਦਾ ਵੀ ਅਭਿਆਸ ਕਰਨਾ ਪੈਂਦਾ ਨਾਲ ਨਾਲ। ਉਹ ਜੋ ਆਪ ਜੀ ਨੂੰ ਕਈ ਵਾਰ ਸੰਗਤ ਨੂੰ ਦੱਸਿਆ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਘਰੇ ਬਹਿ ਕੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ, ਜਦੋਂ ਇੱਥੇ ਕ ਆਇਆ ਉਦੋਂ ਕੋਈ ਹੋਰ ਧਿਆਨ ਆ ਗਿਆ। ਉਹ ਬਾਹਰ ਕਿਸੇ ਨੇ ਐਵੇਂ ਨਿਆਣੇ ਨੇ ਚੀਕ ਮਾਰਤੀ, ਉਧਰ ਧਿਆਨ ਚੱਲਿਆ ਗਿਆ। ਪੜ੍ਹੀ ਤਾਂ ਗਿਆ ਨਾਲ ਨਾਲ, ਪਰ ਮਾਇੰਡ ਕਿਤੇ ਹੋਰ ਹੈ। ਉਦੋਂ ਹੀ ਪਤਾ ਲੱਗਿਆ ਜਦੋਂ ਮੁੱਲ ਗੁਣ ਮੁੱਲ ਵਾਪਾਰ ਤੇ ਬਿਰਤੀ ਪਹੁੰਚੀ, ਉਹ ਪਾਠ ਤਾਂ ਇੱਥੇ ਪਹੁੰਚ ਗਿਆ। ਫਿਰ ਕੋਈ ਗੱਲ ਯਾਦ ਆ ਗਈ ਵੀ ਅੱਜ ਬਿਜਲੀ ਦੇ ਬਿੱਲ ਦੀ ਖੀਰਲੀ ਤਰੀਕ ਆ, ਜੇ ਉੱਥੇ ਨਾ ਭਰਿਆ ਫਿਰ ਉੱਤੇ ਹੋਰ ਪੈਸੇ ਪੈ ਜਾਣਗੇ, ਫਿਰ ਜਿੰਨੀ ਨਾਮ ਤੇ ਆਇਆ ਤੇ ਆ ਗਿਆ। ਇਹ ਬਿਰਤੀ ਨੂੰ ਹਟਾਉਣਾ ਹੈ। ਇਸੇ ਗੱਲੋਂ ਹੀ ਆਪਾਂ ਨੁਕਸਾਨ ਖਾਂਦੇ ਹਾਂ। ਫਿਰ ਤੁਸੀਂ ਕਹਿੰਦੇ ਮੈਂ ਜਪਜੀ ਸਾਹਿਬ ਬੜਾ ਪੜ੍ਹਦਾ, ਕਾਹਦਾ ਪੜ੍ਹਦੇ ਹੋ ਤੁਸੀਂ, ਤੁਸੀਂ ਤਾਂ ਬਿਜਲੀ ਦਾ ਬਿੱਲ ਭਰਦੇ ਫਿਰਦੇ ਹੋ, ਕਦੇ ਟੈਲੀਫੋਨ ਦਾ ਬਿੱਲ ਭਰਨਾ, ਕਦੇ ਬੱਚਿਆਂ ਦੀਆਂ ਚੀਕਾਂ ਸੁਣਨੀਆਂ, ਕਦੇ ਟੀਵੀ ਦੀ ਆਵਾਜ਼ ਆ ਗਈ, ਕਦੇ ਖੁਸ਼ਬੂ ਆ ਗਈ। ਜਿੰਨਾ ਪਾਠ ਹੈ ਕੰਨਾਂ ਨਾਲ ਸੁਣਨਾ, ਗਾ ਵੀ ਹੈ, ਸੁਣੀਆ, ਮਨ ਰੱਖੀਆ, ਭਾਓ। ਜਿੱਦਣ ਤੁਸੀਂ ਪੂਰਾ ਪਾਠ ਆਪਣੇ ਕੰਨਾਂ ਨਾਲ ਆਪਣੀ ਸੁਰਤੀ ਨਾਲ ਸੁਣ ਲਿਆ, ਐਨ ਟਕਾ ਕੇ, ਮਜਾਲ ਹੈ ਕਿ ਮਨ ਕਿਸੇ ਪਾਸੇ ਚਲਿਆ ਜਾਵੇ? ਮਨ ਤਾਂ ਜਾਂਦਾ ਹੀ ਨਹੀਂ, ਅਸੀਂ ਖੁਦ ਮਨ ਦੀਆਂ ਵਾਂਗਾਂ ਢਿੱਲੀਆਂ ਛੱਡਦੇ ਹਾਂ ਜਦੋਂ ਅਸੀਂ ਪਾਠ ਦੇ ਵਿੱਚੋਂ ਆਪਣੀ ਬਿਰਤੀ ਨੂੰ ਉਥਾਨ ਕਰ ਦਿੰਦੇ ਹਾਂ। ਜਿੰਨੀ ਵੀ ਬਾਣੀ ਪੜ੍ਹਨੀ ਹੈ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਇੱਕ ਟੱਕ ਸੁਣ ਕੇ ਕਰੇ, ਬਿਰਤੀ ਨੂੰ ਟਕਾ ਕੇ,
ਬਿਰਤੀ ਹਿੱਲਣ ਨਾ ਦੇਵੇ। ਜੇ ਪਤਾ ਲੱਗ ਜੇ ਥਾਪਿਆਂ ਨੇ ਜਾਏ ਕੀਤਾ ਨਾ ਹੋਏ ਦੀ ਪੌੜੀ ਤੇ ਜਾ ਕੇ ਅਕਲ ਜੀ ਆਈ ਪਿਓ ਬਿਜਲੀਆਂ ਪੌੜੀਆਂ ਮੈਂ ਸੁਣੀਏ ਨੀ, ਉਥੋਂ ਹੀ ਪਿੱਛੇ ਮੋੜ ਲਓ ਮਨ ਨੂੰ। ਸੋਚਾ ਸੋਚਣਾ ਹੋਵੇ ਤੋਂ ਵੀ ਤੂੰ ਸੁਣਿਆ ਨੀ, ਜਦੋਂ ਜਦੋਂ ਮਨ ਨੂੰ ਤੁਸੀਂ ਸਜ਼ਾ ਦਿਓਗੇ ਵੀ ਤੂੰ ਇੰਨਾ ਪਾਠ ਸੁਣਿਆ ਨੀ, ਦੁਬਾਰਾ ਕਰਾਉਣਾ ਤੈਨੂੰ। ਮਨ ਚੰਗਾ ਭਲਾ ਸਿੱਧਾ ਹੋ ਜਾਂਦਾ, ਇਹ ਕਹਿੰਦਾ ਬਾਬਾ ਦੁਬਾਰਾ ਫੇਰ ਕਰਨ ਲਾਊਗਾ, ਇਸ ਕਰਕੇ ਪਹਿਲਾਂ ਹੀ ਸੁਣ ਲਈਏ ਚੰਗਾ। ਇਸ ਤਰ੍ਹਾਂ ਮਨ ਨੂੰ ਜਿਹੜਾ ਨਾ ਹਿੱਚਾ ਤਾਂ ਪ੍ਰੇਮ ਕੇ ਚਾਵਕ ਮਾਰੋ ਅੜੀਅਲ ਘੋੜੇ ਵਾਂਗੂ ਠੀਕ ਕਰਨਾ ਪੈਂਦਾ। ਵਾਰ ਵਾਰ ਇਹਨੂੰ ਪਾਠ ਸੁਣਾ ਕੇ ਉੱਡਦੀ ਹੋਈ ਬਿਰਤੀ ਨੂੰ ਦਬਾ ਕੇ ਹੀ ਮਨ ਨੂੰ ਟਿਕਾਇਆ ਜਾ ਸਕਦਾ ਹੈ। ਬਿਦ ਹਰ ਹਰ ਕੀ ਕਹਿ ਪੰਚ ਤਤ ਕੇ ਕਰਨ ਧਾਰਨਾ ਕਿਸੈ ਬਖਾ। ਹੁਣ ਇੱਕ ਧਾਰਨਾ ਹੁੰਦੀ ਹੈ, ਧਿਆਨ ਧਾਰਨਾ ਸਮਾਧੀ ਇਹ ਸਾਰੀਆਂ ਚੀਜ਼ਾਂ ਗਿਣੀਆਂ ਜਾਂਦੀਆਂ ਯੋਗ ਦੇ ਅੰਦਰ ਵੀ ਹੈ, ਗੁਰਮਤ ਅਨੁਸਾਰ ਵੀ ਹੈ। ਉਹ ਇੱਕ ਧਾਰਨਾ ਹੈ, ਪੰਜਾਂ ਤੱਤਾਂ ਦੀ ਧਾਰਨਾ ਆਪਾਂ ਪਹਿਲਾਂ ਲੈ ਲੈਂਦੇ ਹਾਂ। ਪੰਜਾਂ ਤੱਤਾਂ ਦੀ ਧਾਰਨਾ ਵਿੱਚ ਜਲ ਵਿੱਚੋਂ ਸ਼ੀਤਲਤਾ ਲੈਣੀ, ਪੌਣ ਵਿੱਚੋਂ ਨਿਰਲੇਪਤਾ ਲੈਣੀ, ਅਗਨੀ ਵਿੱਚੋਂ ਪ੍ਰਕਾਸ਼, ਇਹਨੂੰ ਕਹਿੰਦੇ ਧਾਰਨਾ। ਸੋ ਇਸੇ ਪ੍ਰਕਾਰ ਜਿਹੜਾ ਹੈ ਜਾਂ ਹਿੰਦੂ ਮਤ ਮੁਤਾਬਕ ਉਹ ਕਰਦੇ ਨੇ ਜਾਂ ਯੋਗੀ ਲੋਕ ਕਰਦੇ ਨੇ, ਬ੍ਰਹਮਾ ਦਾ ਜਾਂ ਸ਼ਿਵਜੀ ਦਾ ਜਾਂ ਵਿਸ਼ਨੂੰ ਦਾ, ਉਹਨਾਂ ਦਾ ਧਿਆਨ ਕਰਕੇ ਉਹਨਾਂ ਵਿੱਚੋਂ ਗੁਣ ਖਿੱਚਣੇ, ਉਹਨਾਂ ਦੇ ਗੁਣ ਆਪਣੇ ਵਿੱਚ ਲੈ ਕੇ ਆਉਣੇ, ਆਪਣੀਆਂ ਕਮੀਆਂ ਦੇਖਣੀਆਂ, ਉਹਨਾਂ ਦੇ ਗੁਣ ਦੇਖਣੇ, ਉਹਨਾਂ ਦੇ ਗੁਣਾਂ ਨੂੰ ਆਪਣੇ 'ਚ ਗ੍ਰਹਿਣ ਕਰਨਾ। ਚੀਜ਼ ਇੱਕੋ ਹੀ ਹੈ ਸਾਰੇ ਧਰਮਾਂ 'ਚ। ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਵੱਲ ਦੇਖਣਾ, ਜਦੋਂ ਵੀ ਇਉਂ ਧਿਆਨ ਕਰਨਾ ਕਿ ਰਹਿਤ ਕੀ ਕਹਿੰਦੀ ਹੈ, ਮਰਿਆਦਾ ਵਿੱਚ ਕੀ ਲਿਖਿਆ ਹੋਇਆ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੋਇਆ, ਜਾਂ ਧਾਰਨਾ ਬਣਾਉਣੀ ਪੰਜਾਂ ਪਿਆਰਿਆਂ ਨੇ ਕੀ ਕਿਹਾ ਮੈਨੂੰ, ਗੁਰੂ ਸਾਹਿਬ ਦੀ ਮਰਿਆਦਾ ਕੀ ਹੈ, ਜਾਂ ਧਾਰਨਾ ਬਣਾ ਕੇ ਮਨ ਦੇ ਅੰਦਰ ਜਿਹੜੇ ਔਗਣ ਨੇ ਇਹਨਾਂ ਨੂੰ ਬਾਹਰ ਕੱਢਣਾ ਅਤੇ ਗੁਣਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ, ਇਹਨੂੰ ਕਹਿੰਦੇ ਧਾਰਨਾ। ਏਕ ਬਿਖੈ ਬ੍ਰਿਤੀ ਟਿਕੈ ਧਿਆਨ ਸੋ ਲਖੋ ਸਮਾਧੀ ਦੇ ਪ੍ਰਕਾਰ। ਜਦੋਂ ਇੱਕ 'ਚ ਬਿਰਤੀ ਟਿਕ ਜਾਂਦੀ ਹੈ ਉਹਨੂੰ ਧਿਆਨ ਕਹਿੰਦੇ ਨੇ। ਇੱਕ ਦੇ ਵਿੱਚ ਬਿਰਤੀ ਟੇਕੀ, ਕਿਤੇ ਵੀ ਟੇਕੀ, ਇਹਨਾਂ 'ਚ ਗੁਰਸਿੱਖ ਦੀ ਬਿਰਤੀ ਕਿੱਥੇ ਟਿਕਦੀ ਹੈ, ਇੱਕ ਓਂਕਾਰ ਵਿੱਚ, ਅਕਾਲ ਪੁਰਖ ਵਾਹਿਗੁਰੂ ਵਿੱਚ। ਸੋ ਇਹਨੂੰ ਕਹਿੰਦੇ ਨੇ ਮੇਰਾ ਧਿਆਨ ਲੱਗ ਗਿਆ। ਧਿਆਨ ਲੱਗਣਾ ਬਹੁਤ ਔਖਾ ਹੁੰਦਾ, ਆਪਣਾ ਧਿਆਨ ਲੱਗਦਾ ਤਾਂ ਬਹੁਤ ਹੈ ਪਰ ਪੁੱਠੀਆਂ ਚੀਜ਼ਾਂ 'ਚ ਲੱਗਦਾ, ਸਿੱਧੇ ਪਾਸੇ ਧਿਆਨ ਘੱਟ ਲੱਗਦਾ। ਹੁਣ ਇਸ ਪ੍ਰਕਾਰ ਨਾਲ ਕਹਿੰਦੇ ਸੋ ਲਖੋ, ਧਿਆਨ ਹੋ ਗਿਆ। ਹੁਣ ਹੈਗੀ ਆ ਜਦੋਂ ਸਮਾਧੀ ਲੱਗਦੀ ਹੈ, ਜੇ 3 ਕੁ ਮਿੰਟ ਧਿਆਨ ਲੱਗ ਜੇ ਇਹਨੂੰ ਸਮਾਧੀ ਕਹਿੰਦੇ ਨੇ, 6 ਮਿੰਟ ਲੱਗ ਜੇ ਫਿਰ ਹੋਰ ਜ਼ਿਆਦਾ, 12 ਮਿੰਟ ਲੱਗ ਜੇ ਫਿਰ ਸਮਾਧੀ ਬਣ। ਧਿਆਨ ਧਾਰਨਾ ਸਮਾਧੀ ਇਹ 3 ਚੀਜ਼ਾਂ ਨੇ, ਹੈ ਇੱਕੋ ਹੀ ਚੀਜ਼ ਹੈ, ਇਹ ਉਹ ਜਿੰਨਾ ਸਮਾਂ ਘੱਟ ਜਾਂਦਾ ਉਹਨਾਂ ਨਾਂ ਬਦਲ ਜਾਂਦਾ। ਤੋ ਕਹਿੰਦੇ ਜੇ ਇਸ ਪ੍ਰਕਾਰ 2 ਪ੍ਰਕਾਰ ਦੀ ਸਮਾਧੀ ਜੋ ਪਹਿਲਾਂ ਵੀ ਸੁਣ ਚੁੱਕੇ ਹਾਂ ਆਪਾਂ, ਇੱਕ ਸਾ ਵਿਕਲਪ ਦੁਤੀ ਨਿਰਵਿਕਲਪ ਅੰਗ ਯੋਗ ਕੇ ਅਸ਼ਟ ਵਿਚਾਰ। ਕਹਿੰਦੇ ਇਹ ਯੋਗ ਦੇ 8 ਅੰਗ ਨੇ, ਇੱਕ ਤਾਂ ਸਾ ਵਿਕਲਪ ਸਮਾਧੀ ਹੈ, ਇੱਕ ਨਿਰਵਿਕਲਪ ਸਮਾਧੀ ਹੈ। ਇਹ ਸਮਾਧੀਆਂ ਦਾ ਜ਼ਿਕਰ ਆਪਾਂ ਪਿੱਛੇ ਸੁਣ ਵੀ ਆਏ ਹਾਂ ਕਿ ਸਾ ਵਿਕਲਪ ਕਿਹਨੂੰ ਕਹਿੰਦੇ ਨੇ, ਜਿਹਦੇ 'ਚ ਸੰਕਲਪ ਬਣਿਆ ਰਹੇ, ਕੁਛ ਨਾ ਕੁਛ ਮੇਰਾ ਉਹਦਾ ਇਹਦਾ, ਇਸ ਤਰ੍ਹਾਂ ਸੰਕਲਪ ਬਣ ਜਾਂਦਾ ਹੈ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗਏ। ਇੱਕ ਹੁੰਦਾ ਨਿਰਵਿਕਲਪ ਸਮਾਧੀ, ਜਿਹਦੇ 'ਚ ਕੋਈ ਨਾ ਧਿਆਤਾ ਧਿਆਨ ਤੇ ਨਾ ਗਿਆਤਾ ਗਿਆਨ ਗਏ, ਜਿਹਦੇ 'ਚ ਤ੍ਰਿਪੁਟੀ ਖਤਮ ਹੋ ਜਾਂਦੀ ਹੈ, ਸਿਰਫ ਉੱਥੇ ਇੱਕ ਬ੍ਰਹਮ ਦਾ ਹੀ ਗਿਆਨ ਹੁੰਦਾ ਹੈ। ਸ਼ਰੋਤਰ ਤੁਚਾ ਚੱਖ ਜੀਰੋ ਨਾਸਾ ਗਿਆਨ ਇੰਦਰੀਏ ਪੰਜ ਉਚਾਰ। ਇਹ 5 ਗਿਆਨ ਇੰਦਰੀਆਂ ਨੇ, ਇੱਕ ਤਾਂ ਸਰੋਤ ਹੁੰਦੇ ਨੇ ਆਪਣੇ ਕੰਨ, ਤਵਚਾ ਹੁੰਦੀ ਆਪਣੀ ਚਮੜੀ, ਚਕਸ਼ੂ ਹੁੰਦੇ ਨੇ ਅੱਖਾਂ, ਜੀਭ ਹੁੰਦੀ ਆਪਣੀ ਨਾਸਾਂ ਨੇ, ਇਹ 5 ਗਿਆਨ ਇੰਦਰੇ ਨੇ। ਕੰਨ ਸੁਣਨ ਦਾ ਹੀ ਕੰਮ ਕਰਦੇ ਨੇ, ਕੋਈ ਕੰਮ ਦੂਜਾ ਨਹੀਂ ਕਰਦੇ, ਕਰਮ ਨਹੀਂ ਕਰਦੇ। ਚਮੜੀ ਜਿਹੜਾ ਹੈ ਇਹ ਸਪਰਸ਼ ਨੂੰ ਹੀ ਅਨੁਭਵ ਕਰਦੀ, ਤੱਤਾ ਠੰਡਾ ਦੱਸਦੀ ਹੈ। ਅੱਖਾਂ ਵੀ ਗਿਆਨ ਹੀ ਦਿੰਦੀਆਂ ਨੇ, ਜੀਭ ਵੀ ਗਿਆਨ, ਖੱਟਾ ਮਿੱਠਾ ਕੌੜਾ ਕੁਸੈਲਾ, ਨੱਕ ਸੁੰਘ ਕੇ ਦੱਸਦਾ। ਇਹ ਜਿਹੜਾ ਹੈ ਆਪਣੇ 5 ਗਿਆਨ ਇੰਦਰੀਆਂ ਹਨ। ਵਾਕ ਪਾਨ ਪਦ ਗੁਦਾ ਉਪਸਥਨ
ਪੰਚ ਕਰਮ ਇੰਦਰੇ ਉਰਧਾਰ। ਵਾਕ ਬੋਲਣਾ, ਪਹਿਲਾਂ ਜੀਭ ਆਈ ਸੀ, ਪਹਿਲਾਂ ਵੀ ਆਈ ਸੀ ਜੀਹ, ਉੱਥੇ ਖੱਟਾ ਮਿੱਠਾ ਦੱਸਣ ਲਈ ਗਿਆਨ ਇੰਦਰ ਦਾ ਕੰਮ ਕਰਦੀ, ਕਿਉਂਕਿ ਆਪਣੀ ਜ਼ਬਾਨ ਹੀ ਦੋ ਇੰਦਰੇ ਨੇ, ਇਹ ਖੱਟਾ ਮਿੱਠਾ ਵੀ ਦੱਸਦੀ ਆ, ਕੌੜਾ ਕਸੈਲਾ ਦੱਸਦੀ ਹੈ, ਲੂਣਾ ਸਲੂਣਾ ਮਿਰਚਾਂ ਨੇ, ਇਹ ਗੱਲਾਂ ਜ਼ਬਾਨ ਦੱਸ ਕੇ ਹੁਣ ਇਹ ਜਿਹੜਾ ਕਰਮ ਇੰਦਰ ਆ ਉਹਦੇ ਵਿੱਚ ਵੀ ਵਰਤਦੀ ਹੈ। ਵਾਕ ਜਿਹੜੀ ਹੈ ਵਾਕ ਬੋਲਣਾ, ਫਿਰ ਇਸੇ ਪ੍ਰਕਾਰ ਜਿਹੜੇ ਹੱਥ ਨੇ ਇਹ ਵੀ ਸਾਡਾ ਕਰਮ ਇੰਦਰਾ ਹੈ, ਪਦ ਜਿਹੜੇ ਪੈਰ ਨੇ, ਸੋ ਇਸੇ ਪ੍ਰਕਾਰ ਗੁਦਾ ਉਪਸਥੰਗ ਤੋਂ ਭਾਵ, ਸੋ ਜਿਹੜੀ ਕਿਰਿਆ ਕਰਦੇ ਹਾਂ ਪਿਸ਼ਾਬ ਆਦਿਕ ਦੀ ਕਿਰਿਆ ਹੈ, ਗੰਦਗੀ ਆਦਿਕ ਦੀ ਕਿਰਿਆ ਹੈ, ਇਹ ਪੰਜ ਚੀਜ਼ਾਂ ਜਿਹੜੀਆਂ ਨੇ ਇਹ ਗਿਆਨ ਤੋਂ ਛੱਡ ਕਰਮ ਇੰਦਰੇ ਕਹਿਲਾਉਂਦੀਆਂ, ਕਿਉਂ ਪੰਜ ਆਪਣੇ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ, ਇਹਨਾਂ ਦੀ ਸੋਝੀ ਹੋਣੀ ਚਾਹੀਦੀ ਹੈ। ਸ਼ਬਦ ਸਪਰਸ ਰੂਪ ਰਸ ਗੰਧ ਵਿਖੇ ਪੰਚ ਗਿਆਨ ਇੰਦਰੀ ਕੇਰ। ਗਿਆਨ ਇੰਦਰੀਆਂ ਦੇ ਕਰਮ ਜਿਹੜੇ ਨੇ ਉਹ ਕਿਹੜੇ ਨੇ? ਸ਼ਬਦ ਕੰਨਾਂ ਨਾਲ ਸੁਣਨਾ, ਪਹਿਲਾਂ ਉਹ ਸਰੋਤ ਉੱਪਰ ਲਿਖਿਆ ਹੋਇਆ, ਕਿਉਂਕਿ ਹਰੇਕ ਬੰਦਾ ਜਿਹੜਾ ਹੈ ਉਹ ਸਰਵਣ ਕਰਦਾ ਕੁਛ ਨਾ ਕੁਛ ਮਾੜਾ ਅੱਖਰ, ਸਪਰਸ਼ ਕਰਦੀ ਸਾਡੀ ਤਵਚਾ ਤੇ ਚਕਸ਼ੂ, ਅੱਖਾਂ ਜਿਹੜੀਆਂ ਨੇ ਰੂਪ ਦੇਖਦੀਆਂ, ਅੱਖੀ ਸੂਤਕ ਵੇਖਣਾ ਪਰਤ ਪੈ ਪਰਤ ਅਨੁਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਨਾਨਕ ਖਾਨਸਾ ਆਦਮੀ ਵਧੇ ਜੰਮਪੁਰ ਜਾਹੇ, ਫਿਰ ਸਾਡੀਆਂ ਅੱਖਾਂ ਰੂਪ ਦੇਖਦੀਆਂ ਤੇ ਫਿਰ ਜੀਭ ਰਸ ਲੈਂਦੀ ਆ, ਨੱਕ ਜਿਹੜਾ ਹੈ ਉਹ ਸੁੰਘਦਾ ਹੈ ਸੁਗੰਧੀ ਦੁਰਗੰਧੀ ਦਾ ਗਿਆਨ ਦਿੰਦਾ ਹੈ। ਇਸ ਤਰ੍ਹਾਂ ਇਹ ਸਾਡੇ ਜਿਹੜੇ ਨੇ ਨਾ ਇਹ ਪੰਜ ਵਿਸ਼ੇ ਨੇ, ਇਹਨਾਂ ਪੰਜ ਜਿਹੜੇ ਗਿਆਨ ਇੰਦਰੀਆਂ ਦੇ, ਇੱਥੇ ਉਹੀ ਚੀਜ਼ ਵਾਪਸ ਆਈ ਦੁਬਾਰਾ, ਇਹ ਜਿਹੜਾ ਆਪਾਂ ਸੁਣਿਆ ਸੀ ਨਾ ਚੌਦਾਂ ਜਿਹੜੀਆਂ ਆਪਣੀਆਂ ਕੁੱਲ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਬੁੱਧ ਚਿੱਤ ਅਹੰਕਾਰ, ਇਹ ਚੌਦਾਂ ਜਾਣੇ ਗਿਣੇ ਸਨ, ਚੌਦਾਂ ਹੀ ਇਹਨਾਂ ਦੇ ਦੇਵਤੇ ਗਿਣੇ ਸਨ, ਚੌਦਾਂ ਹੀ ਇਹਨਾਂ ਦੇ ਵਿਸ਼ੇ ਗਿਣੇ ਸਨ। ਇੱਥੇ ਉਹ ਚੀਜ਼ ਦੱਸਦੇ ਨੇ, ਕਹਿੰਦੇ ਇਹਨਾਂ ਪੰਜਾਂ ਦੇ ਪੰਜ ਵਿਸ਼ੇ ਤਾਂ ਇਹ ਤੁਹਾਨੂੰ ਗਿਆਨ ਇੰਦਰੀਆਂ ਦੇ ਦੱਸੇ ਹਨ। ਕਹਿਣ ਗ੍ਰਹਿਣ ਗਤ ਆਨੰਦ ਵਿਸਰਗੰ ਕਰਮੇਂਦਰੀ ਕੇ ਵਿਖੇ ਬਡੇਰ। ਹੁਣ ਕਰਮ ਇੰਦਰੀਆਂ ਦੇ ਜਿਹੜੇ ਵਿਸ਼ੇ ਨੇ ਉਹ ਕਿਹੜੇ ਕਿਹੜੇ ਨੇ? ਕਹਿਣਾ, ਜੋ ਕਹਿਣਾ ਹੈ ਬੋਲ ਕੇ ਜ਼ਬਾਨ ਦੇ ਨਾਲ, ਗ੍ਰਹਿਣ ਕਰਨਾ ਕੋਈ ਚੀਜ਼ ਕਿਸੇ ਤੋਂ ਲੈਣੀ ਹੱਥਾਂ ਨਾਲ, ਗਤ ਜਿਹੜਾ ਚੱਲਣਾ ਹੈ ਚਾਲ ਪੈਰਾਂ ਦੇ ਨਾਲ, ਆਨੰਦ ਇੱਥੇ ਆ ਗਿਆ ਵਿਸ਼ਿਆਂ ਦਾ ਆਨੰਦ, ਵਿਸਰਗਨ ਹੁੰਦਾ ਗੰਦਗੀ ਦਾ ਤਿਆਗਣਾ, ਇਸ ਪ੍ਰਕਾਰ ਮਲ ਤਿਆਗ ਕਰਨਾ, ਇਹ ਕਰਮੇਂਦਰੀ ਕੇ ਵਿਖਿਆ ਬਡੇਰ, ਇਹ ਕਰਮ ਇੰਦਰੀਆਂ ਦੇ ਵਿਸ਼ੇ ਜਾਣਨਾ ਕਰੋ ਪੰਜਾਂ ਦੇ। ਮਨ ਬੁੱਧ ਚਿੱਤ ਹੰਕਾਰ ਚਤੁਸ਼ਟੰ ਅੰਤਸ਼ਕਰਨ ਰੂਪ ਜਿਹੇਰ। ਇਹ ਅੰਤਸ਼ਕਰਨ ਦਾ ਰੂਪ ਹੈ, ਮਨ ਬੁੱਧ ਚਿੱਤ ਹੰਕਾਰ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜਾਏ। ਅਥਵਾ ਇਹ ਕਹਿੰਦੇ ਨੇ ਇਹ ਉਹੀ ਚੋਲੜਾ ਹੈ ਇਹ ਚਾਰਾਂ ਦਾ, ਅਥਵਾ ਇਹ ਵੀ ਕਹਿੰਦੇ ਨੇ ਕਿ ਭਾਂਡਾ ਧੋਏ ਬੈਸ ਧੂਪ ਦੇਵ ਹੋ ਤਾਓ ਦੁੱਧ ਹੈ ਕਹੋ ਜਾਵ ਹੋ, ਇਹ ਉਹੀ ਭਾਂਡਾ ਹੈ। ਇਹ ਭਾਂਡਾ ਸਾਡਾ ਖਰਾਬ ਹੀ ਰਹਿੰਦਾ, ਮਨ ਖਰਾਬ ਹੈ, ਬੁੱਧੀ ਖਰਾਬ ਹੈ, ਚਿੱਤ ਵੀ ਖਰਾਬ ਹੈ, ਹੰਕਾਰ ਚੜਿਆ ਹੋਇਆ। ਸੰਕਲਪ ਨਿਸ਼ਚੈ ਅਨੁਸੰਧਾਨ ਗਰਵ ਜਥਾ ਕਰਮ ਵਿਖੈ ਨਬੇਰ। ਸੋ ਇਹ ਜਿਹੜੇ ਇਹਨਾਂ ਦੇ ਅੱਗੇ ਕਰਮ ਜਾਣਨਾ ਕਰੋ, ਇਹ ਕਿਹੜੇ ਕਿਹੜੇ ਕਰਮ ਨੇ? ਸੋ ਇਸ ਪ੍ਰਕਾਰ ਦੇ ਕਰਮ ਕਰਦੇ ਨੇ ਇਹ ਮਨ। ਮਨ ਕੀ ਕਰਦਾ? ਸੰਕਲਪ ਕਰਦਾ, ਸੰਕਲਪੋ ਵਿਕਲਪੋ ਹੀ ਮਨੋ, ਇਹ ਮਨ ਦੀ ਦਸ਼ਾ ਹੈ, ਸੰਕਲਪ ਤੁਰਿਆ ਜਾਂਦਾ ਕਰਦਾ, ਬਣਾ ਲੈਂਦਾ ਬਹੁਤ ਕੁਛ ਖਿਆਲ ਨਾਲ, ਉਹਨੂੰ ਢਾ ਦਿੰਦਾ, ਉਹਨੂੰ ਕਹਿੰਦੇ ਵਿਕਲਪ। ਸੰਕਲਪ ਤੇ ਵਿਕਲਪ ਹੀ ਮਨ ਕਰਦਾ ਹਰ ਵਕਤ। ਔਰ ਜਿਹੜੀ ਬੁੱਧੀ ਹੈ ਇਹ ਕੀ ਕਰਦੀ? ਨਿਸ਼ਚਾ ਕਰਦੀ ਹੈ, ਝੂਠੇ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੀ ਹੈ। ਆਹ ਦੁਨੀਆਂ ਸਾਰੀ ਨੂੰ ਤਾਂ ਬੁੱਧੀ ਕਹਿੰਦੀ ਹੈ ਇਹ ਸੱਚਾ ਹੈ, ਜਿਹੜਾ ਰੱਬ ਹੈ ਉਹ ਝੂਠਾ ਹੈ, ਰੱਬ ਨਹੀਂ ਹੈਗਾ, ਪਰਮਾਤਮਾ ਹੈ ਹੀ ਨਹੀਂ, ਉਹ ਕਿਹੜਾ ਦਿਖਦਾ? ਇੱਥੇ ਲੈ ਮਹਾਰਾਜ ਕਿਹੜਾ ਦਿਖਦੇ ਨੇ, ਕਰੇ ਦਿਖਾਓ ਤੁਹਾਡਾ ਰੱਬ ਕਿੱਥੇ ਹੈ? ਇਹ ਬੁੱਧੀ ਦਾ ਕੰਮ ਹੈ ਸਾਰਾ। ਬੁੱਧੀ ਹਮੇਸ਼ਾ ਸੱਚੀ ਚੀਜ਼ ਨੂੰ ਝੂਠੀ ਤੇ ਝੂਠੀ ਨੂੰ ਸੱਚੀ ਕਰਾਰ ਦਿੰਦੀ ਹੈ। ਇਸੇ ਪ੍ਰਕਾਰ ਜਿਹੜਾ ਸਾਡਾ ਚਿੱਤ ਹੈ
ਉਹ ਚਿੱਤ ਸਾਡਾ ਕੀ ਕਰਮ ਕਰਦਾ? ਇਹ ਅਨੁਸੰਧਾਨ ਕਰਦਾ ਹੈ ਚਿੱਤ, ਚਿਤਵਣੀਆਂ ਕਰੀ ਜਾਣੀਆਂ ਐਵੇਂ ਖਾਮ ਖਾਂਦੀਆਂ ਮਨ ਦੇ ਅੰਦਰ। ਤੋ ਇਹ ਮਨ ਦਾ ਹੀ ਹਿੱਸੇ ਨੇ ਚਾਰੇ ਹੀ, ਇਹ ਚਿਤਵਣੀਆਂ ਕਰੀ ਜਾਂਦਾ ਮਨ ਦੇ ਅੰਦਰ ਪ੍ਰਕਾਰ ਕਈ ਪ੍ਰਕਾਰ ਦੀਆਂ। ਇੱਥੇ ਬੈਠਾ ਕੁਛ ਸੋਚਦਾ, ਚਿਤਵਣੀਆਂ ਕਰਦਾ ਕਰਦਾ ਕਦੇ ਕਿਤੇ ਚਲਿਆ ਗਿਆ, ਚਿੱਤ ਦੀਆਂ ਚਿਤਵਣੀਆਂ ਨਹੀਂ ਟਿਕਦੀਆਂ। ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉਣਨੀਤ, ਹਰ ਕੀਰਤਨ ਕਾ ਹਰੋ ਹਰ ਦਿਓ ਨਾਨਕ ਕੇ ਮੀਤ। ਇਹ ਅਰਦਾਸ ਕੀਤੀ ਮਹਾਰਾਜ ਨੇ, ਆਪਾਂ ਨੂੰ ਸਿਖਾਈ ਹੈ। ਔਰ ਫਿਰ ਜਿਹੜਾ ਹੈ ਗਰਵ, ਗਰਵ ਹੁੰਦਾ ਹੰਕਾਰ, ਇਹ ਸਾਡੇ ਅੰਦਰ ਹੈ ਅਹੰ ਬਿਰਤੀ, ਇਹ ਅਹੰਕਾਰ ਦਾ ਵਿਸ਼ਾ ਹੈ। ਦਿਸ਼ਾ ਪੌਣ ਰਬ ਜਲ ਪਤ ਛਿਤ ਸੁਰ ਅਗਨੀ ਇੰਦਰ ਉਪਿੰਦਰ ਬਖਾਨ। ਇਹਦਾ ਹੁਣ ਪੂਰੇ ਹੋ ਗਏ ਚੌਦਾਂ, ਚੌਦਾਂ ਇਹਨਾਂ ਦੇ ਵਿਸ਼ੇ, ਇਹ ਹੋ ਗਏ ਅਠਾਈ। ਹੁਣ ਅੱਗੇ ਚੱਲੇ ਨੇ ਚੌਦਾਂ ਦੇਵਤੇ, ਇਹਨਾਂ ਦੇ ਕਿਹੜੇ ਕਿਹੜੇ ਆ? ਇਹਨਾਂ ਦੇ ਵਿੱਚ ਜਿਹੜੀ ਦਿਸ਼ਾ ਹੈ, ਇੱਕ ਦਿਸ਼ਾਵਾਂ ਹੁੰਦੀਆਂ ਨੇ, ਪੌਣ ਹੈ ਹਵਾ, ਰਬ ਸੂਰਜ ਹੈ, ਜਲਪਤ ਹੁੰਦਾ ਵਰਣ ਦੇਵਤਾ ਹੈ, ਛਿਤ ਧਰਤੀ ਹੈ, ਫਿਰ ਸੂਰਜ ਹੈ, ਅਗਨੀ ਹੈ, ਇੰਦਰ ਹੈ, ਉਪਿੰਦਰ ਹੈ। ਇਹ ਇਹਨਾਂ ਦੇ ਚੌਦਾਂ ਦੇਵਤਿਆਂ ਦੀ ਗਿਣਤੀ ਦੱਸਦੇ ਨੇ। ਪ੍ਰਜਾਪਤੀ ਮ੍ਰਿਤਯੁ ਸੱਸ ਬ੍ਰਹਮਾ ਕੇਤਗ ਰੁਦਰਾ ਦੇਵ ਤਾਜਾਨ। ਇਹ ਇਹਨਾਂ ਦੇ ਸਾਰੇ ਦੇਵਤੇ ਨੇ, ਅਗਨੀ ਪਹਿਲਾਂ ਕਹੀ, ਇੰਦਰ, ਉਪਿੰਦਰ, ਪ੍ਰਜਾਪਤੀ, ਜਮ, ਇਹ ਪੰਜ ਕਰਮ ਇੰਦਰੀਆਂ ਦੇ ਦੇਵਤੇ ਕਹੇ ਨੇ। ਇਸੇ ਪ੍ਰਕਾਰ ਜਿਹੜਾ ਚੰਦਰਮਾ ਕਿਹਾ ਹੈ, ਤੇ ਇਹ ਪ੍ਰਾਣ ਜਿਹੜੇ ਚੱਲੇ ਨੇ ਅੱਗੇ, ਇਸ ਪ੍ਰਕਾਰ ਸ਼ੁਰੂ ਕਰ ਦਿੰਦੇ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਹੀ, ਉਹ ਨਖੇੜਨਾ ਉਹਨਾਂ ਨੂੰ ਜਰਾ। ਇਸ ਤਰ੍ਹਾਂ ਚੌਦਾਂ ਦੇਵਤਿਆਂ ਦੀ ਗਿਣਤੀ ਕਰਤੀ, ਇਹ ਆਪੋ ਆਪਣੇ ਕਰਮਾਂ ਦੇ ਮੁਤਾਬਕ ਕਰਮ ਕਰਦੇ ਨੇ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿੰਨੇ ਵੀ ਸਾਡੇ ਦੇਵਤੇ ਨੇ, ਉਹਨਾਂ ਦੀ ਡਿਊਟੀ ਲੱਗੀ ਹੋਈ ਆ ਅੱਖਾਂ ਤੇ, ਨੱਕ ਤੇ, ਕੰਨ ਤੇ, ਉਹਨਾਂ ਦੇ ਰਾਹੀਂ ਇਹ ਚੌਦਾਂ ਇਹਨਾਂ ਦੇ ਅਧਿਆਖ ਦੇਵਤੇ ਕਰਮ ਕਰਵਾਉਂਦੇ ਹਨ। ਪ੍ਰਾਨ ਅਪਾਨ ਸਮਾਨ ਉਦਾਨ ਬਿਆਨ ਨਾਗ ਕੁਰਮ ਪਹਿਚਾਨ। ਇਹ ਜਿਹੜੀਆਂ ਦਸ ਪੌਣਾਂ ਨੇ ਆਪਣੇ ਸਰੀਰ ਚ ਕੰਮ ਕਰਦੀਆਂ, ਦਸ ਪ੍ਰਕਾਰ ਦੀਆਂ, ਅਪਾਨ ਪ੍ਰਾਣ, ਅਪਾਨ ਸਮਾਨ ਉਦਿਆਨ ਬਿਆਨ, ਇਹ ਪੰਜ ਵੱਡੀਆਂ ਪੌਣਾਂ ਨੇ। ਸਾਡੇ ਪ੍ਰਾਣ ਚੱਲਦੇ ਨੇ, ਸਵਾਸ ਆਉਂਦੇ ਨੇ, ਅਪਾਨ ਵਾਯੂ ਜੋ ਥੱਲੇ ਨੂੰ ਖਾਰਜ ਹੁੰਦੀ, ਸਮਾਨ ਵਾਯੂ ਸਾਰੇ ਸਰੀਰ ਚ ਰਹਿੰਦੀ ਹੈ, ਕੰਠ ਵਿਚ ਜਿਹੜੀ ਰਹਿੰਦੀ ਹੈ ਉਹ ਉਦਿਆਨ ਵਾਯੂ ਹੈ, ਅਤੇ ਬਿਆਨ ਜਿਹੜੀ ਧੁਨੀ ਚ ਰਹਿੰਦੀ ਆ। ਇਸੇ ਪ੍ਰਕਾਰ ਨਾਗ ਕੂਰਮ ਜਿਹੜੀ ਹੈ, ਕ੍ਰਿਕਲ ਦੇਵਦੱਤ ਤੇ ਧਨੱਜੈ, ਇਹ ਪੰਜ ਛੋਟੀਆਂ ਪੌਣਾਂ ਨੇ। ਡਕਾਰ ਆਉਣਾ, ਛਿੱਕ ਆਉਣੀ, ਉਬਾਸੀ ਆਉਣੀ, ਇਹ ਤਿਆਦ ਅੱਖਾਂ ਦੀਆਂ ਪਲਕਾਂ ਨੂੰ ਜਿਹੜੇ ਖੋਲਦੇ ਨੇ, ਸੋ ਇਹ ਕ੍ਰਿਕਲ ਦੇਵਦੱਤ ਪੌਣ ਜਿਹੜੀ ਹੈ, ਉਬਾਸੀ ਆਦਿ ਆਉਣੀ, ਧਨੱਜੇ ਹੁੰਦੀ ਜਿਹੜੀ ਮਰਨ ਤੋਂ ਬਾਅਦ ਬੰਦਾ ਫੁੱਲਣ ਲੱਗ ਜਾਂਦਾ, ਫਿਰ ਇਸ ਕਰਕੇ ਛੇਤੀ ਕਹਿੰਦੇ ਸੰਸਕਾਰ ਕਰੋ ਵੀ ਫੁੱਲਣ ਲੱਗ ਪਿਆ ਇਹ। ਇਹ ਦਸ ਪ੍ਰਕਾਰ ਦੀਆਂ ਪੌਣਾਂ ਸਰੀਰ ਅੰਦਰ ਕੰਮ ਕਰਦੀਆਂ ਨੇ। ਕਿਰਿਆ ਸ਼ਕਤ ਨੇ ਪ੍ਰਾਣ ਸ਼ਮਸ਼ਟੇ ਕਾਰਨ ਸੁਖਮ ਥੁਲ ਸਰੀਰ। ਇਹ ਹੁਣ ਦੱਸਦੇ ਨੇ ਕਿ ਦੇਖੋ ਕੱਲੇ ਕੱਲੇ ਸਰੀਰ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਕਿਰਿਆ ਕਰਦੀਆਂ ਨੇ, ਤੇ ਵਿਰਾਟ ਦੇ ਜਿਹੜਾ ਬ੍ਰਹਮ ਹੈ ਨਾ, ਉਹਦੇ ਵਿੱਚ ਵੀ ਕਹਿੰਦੇ ਇਸੇ ਪ੍ਰਕਾਰ ਕੱਲੇ ਕੱਲੇ ਜੀਵ ਦੇ ਵਿੱਚ ਵੀ ਇਹੀ ਕਰਮ ਕਰਦੇ ਨੇ ਸਾਰੇ। ਤੋ ਇਹਨੂੰ ਕਹਿੰਦੇ ਨੇ ਵਿਅਸਟੀ ਰੂਪ ਦੇ ਵਿੱਚ, ਸਮਸ਼ਟੀ ਰੂਪ ਹੁੰਦਾ ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਵੀ ਇਹੀ ਕਰਮ, ਜਿਹੜਾ ਵੱਡਾ ਸਰੀਰ ਆ ਅਕਾਲ ਪੁਰਖ ਦਾ ਭਾਵ ਈਸ਼ਵਰ ਦਾ, ਜਿਹਨੂੰ ਅੱਗੇ ਚੱਲ ਕੇ ਆਪ ਕਥਨ ਕਰਦੇ ਹਨ। ਵੈਰਾਟ ਸੂਤਰ ਅਭਿਆਕ੍ਰਿਤ ਜੇ ਇਹੀ ਸਮਸ਼ਟ ਸਰੀਰ ਗੰਭੀਰ। ਇਹਦੇ ਵਿੱਚ ਵੈਰਾਟ ਰੂਪ ਜਿਹੜਾ ਆਕਾਸ਼ ਸਿਰ ਹੈ, ਪਤਾਲ ਜਿਹੜੀਆਂ ਉਹਦੀਆਂ ਖੜਾਵਾਂ ਗਿਣੀਆਂ ਨੇ, ਇਹ ਸਾਰੀ ਬਨਸਪਤੀ ਜਿਹੜੀ ਹੈ ਇਹ ਰੋਮ ਗਿਣੇ ਨੇ, ਸਮੁੰਦਰ ਪੇਟ ਗਿਣਿਆ, ਇਸ ਤਰ੍ਹਾਂ ਕਰਕੇ ਇਹਨੂੰ ਵਿਰਾਟ ਰੂਪ ਕਹਿੰਦੇ ਨੇ। ਸੂਤਰ ਰੂਪ, ਅਭਿਆਕ੍ਰਿਤ ਰੂਪ, ਮਾਇਆ ਅਭਿਆਕ੍ਰਿਤ, ਆਪਾਂ ਕਈ ਵਾਰੀ ਸੁਣਿਆ ਬੀਜ ਵਿੱਚੋਂ ਛੇ ਚੀਜ਼ਾਂ ਨਿਕਲਦੀਆਂ ਨੇ ਮਾਇਆ ਆਦਿਕ, ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਸਮਸ਼ਟੀ ਸਰੂਪ ਹੈ ਉਹਦਾ ਅਕਾਲ ਪੁਰਖ ਦਾ, ਇਹਦੇ ਵਿੱਚ ਵੀ ਇਹੀ ਸਾਰੇ ਕਰਮ ਕਰਦੇ ਹਨ। ਅਭਿਮਾਨੀ ਵਿਸ਼ਵ ਤੇਜਸ ਪਰਾਗ ਇਹ ਵਿਸ਼ਿਸ਼ਟ ਕੇ ਤੀਨ ਸਾਧੀਰ। ਸੋ ਵਿਸ਼ਵਮਾਨੀ ਇਹ ਪਹਿਲਾਂ ਸੁਣ ਚੁੱਕੇ ਹਾਂ ਆਪਾਂ, ਵਿਸ਼ਵਮਾਨੀ ਇਸੇ ਪ੍ਰਕਾਰ ਤੇਜਸਵ ਤੇ ਪਰਾਗ,
ਇਹ ਤਾਂ ਜੀਵਦੇ ਹੀ ਨੇ। ਵਿਸ਼ਵ ਬ੍ਰਹਮਾਂਡ ਤੋਂ ਆਪਣੀਆਂ ਅੱਖਾਂ ਖੁੱਲੀਆਂ ਤੋਂ ਆਪਾਂ ਦੇਖਦੇ ਹਾਂ, ਫਿਰ ਆਪਾਂ ਸੁੱਤੇ ਪਿਆਂ ਕਿ ਸੁਪਨਾ ਦੇਖਦੇ ਹਾਂ, ਅਥਵਾ ਬੇਹੋਸ਼ੀ ਵਿੱਚ ਵੀ ਜਿਹੜਾ ਗਿਆਨ ਰਹਿੰਦਾ ਹੈ, ਇਹ ਸਾਡਾ ਇੱਕ ਪ੍ਰਕਾਰ ਦਾ ਜੀਵ ਦਾ ਕਰਮ ਦੱਸਿਆ ਕਿ ਜੀਵ ਜਿਹੜਾ ਹੈ ਕਿਹੜੇ ਕਿਹੜੇ ਸਮੇਂ ਚ ਕਿਹੜੇ ਕਿਹੜੇ ਰੂਪ ਵਿੱਚ ਹੈ। ਈਸ਼ਵਰ ਹਿਰਣ ਗ੍ਰਭ ਵੈਸ਼ਨਵ ਨਰ ਏ ਸਮਸ਼ਟੇ ਅਭਿਮਾਨੀ ਵੀਰ। ਕਹਿੰਦੇ ਨੇ ਜਿਹੜਾ ਈਸ਼ਵਰ ਹੈ, ਹਿਰਣ ਗਰਭ ਹੈ, ਵੈਸ਼ਵਾ ਨਰ ਹੈ, ਇਹ ਸਾਰਿਆਂ ਦੇ ਵਿੱਚ ਇੱਕੋ ਜਿਹੀ ਵਰਤਦਾ। ਇਹਦਾ ਮੈਂ ਵਿਆਖਿਆ ਇਸ ਕਰਕੇ ਜ਼ਿਆਦਾ ਨਹੀਂ ਕੀਤੀ ਇੱਥੇ ਕਿਉਂਕਿ ਇਹਦੀ ਵਿਆਖਿਆ ਸਾਰੀ ਜਪਜੀ ਸਾਹਿਬ ਚ ਹੈ। ਜਪਜੀ ਸਾਹਿਬ ਦੇ ਵਿੱਚ ਇੰਨੀ ਜ਼ਿਆਦਾ ਵਿਆਖਿਆ ਇਹਨਾਂ ਚੀਜ਼ਾਂ ਦੀ, ਕੱਲਾ ਕੱਲਾ ਗਿਣ ਕੇ ਵਾਰ ਵਾਰ ਚਿਣ ਚਿਣ ਕੇ ਰੱਖਿਆ ਹੋਇਆ ਵੀ ਕਿਸੇ ਨੂੰ ਲੋੜ ਨਾ ਪਵੇ ਕੁਛ ਪੁੱਛਣ ਦੀ, ਸਾਰਾ ਗਿਆਨ ਉਹਨੂੰ ਉੱਥੋਂ ਹੀ ਪ੍ਰਾਪਤ ਹੋ ਸਕੇ। ਸਮਸ਼ਟ ਅਧਿਆਸਤ ਲਖੋ ਦੁਆ ਜਿਮ ਸਰਪਾਦ ਜੇਵਰੀ ਮਾਂ। ਹੁਣ ਕਹਿੰਦੇ ਜਿਵੇਂ ਸੱਪ ਦੇ ਵਿੱਚ ਆਪਾਂ ਨੇ ਰੱਸੀ ਨੂੰ ਦੇਖਿਆ, ਰੱਸੀ ਦੇਖ ਕੇ ਹਨੇਰੇ ਚ ਕੋਈ ਸੱਪ ਕਹਿੰਦਾ ਉਹਨੂੰ, ਕਹਿੰਦੇ ਇਹ ਦੋ ਚੀਜ਼ਾਂ ਨੇ ਵਿਅਸਤ ਤੇ ਸਮਸਤ। ਇਸ ਪ੍ਰਕਾਰ ਦੇ ਨਾਲ ਜਿਵੇਂ ਆਪਾਂ ਨੇ ਰੱਸੀ ਦੇ ਵਿੱਚ ਸੱਪ ਕਲਪਿਆ ਹੈ, ਇਸੇ ਤਰ੍ਹਾਂ ਬ੍ਰਹਮ ਰੂਪ ਰੱਸੀ ਦੇ ਵਿੱਚ ਇਹ ਸੰਸਾਰ ਰੂਪੀ ਸੱਪ ਕਲਪਿਆ ਹੋਇਆ ਆਪਾਂ ਨੇ। ਵਾਸਤਵ ਦੇ ਵਿੱਚ ਇਹ ਬ੍ਰਹਮ ਹੀ ਹੈ, ਪਰ ਜਿਹੜੇ ਆਮ ਬੰਦਿਆਂ ਦੀ ਨਿਗਾਹ ਵਿੱਚ ਇਹਨੂੰ ਬਥੇਰਾ ਪਾ ਤਾ। ਇਸ ਕਰਕੇ ਕਹਿੰਦੇ ਨੇ ਕਿ ਇਹ ਸਮਸਤ ਰੂਪ ਵਿੱਚ ਵੀ ਉਹੀ ਹੈ, ਵਿਅਸਤ ਰੂਪ ਵਿੱਚ ਕੱਲੇ ਕੱਲੇ ਵਿੱਚ ਵੀ ਉਹੀ ਹੈ, ਸਮੁੱਚੇ ਰੂਪ ਵਿੱਚ ਵੀ ਉਹ ਬ੍ਰਹਮੀ ਕਿਰਿਆ ਕਰਦਾ ਹੈ। ਸੀਪ ਬਿਖੈ ਰੂਪੋ ਜਿਮ ਕਲਪਤ ਤਿਮ ਬ੍ਰਹਮ ਆਤਮ ਚੇਤਨ ਆਏ। ਕਹਿੰਦੇ ਜਿਵੇਂ ਸਿੱਪੀ ਹੁੰਦੀ ਹੈ, ਉਹ ਸਿੱਪੀ ਦੇਖੋ ਤਾਂ ਉਹਦੇ ਵਿੱਚ ਚਾਂਦੀ ਜੀ ਨਜ਼ਰਾਂ ਲਿਸ਼ਕਦੀ ਹੈ, ਰਾਤ ਨੂੰ ਦਿਨੇ ਵੀ ਲਿਸ਼ਕਦੀ ਹੈ। ਉਹਦੇ ਵਿੱਚ ਜਿਵੇਂ ਆਪਾਂ ਕਲਪਦੇ ਹਾਂ ਚਾਂਦੀ ਲੱਗੀ ਹੋਈ ਹੈ ਸਿੱਪੀ ਦੇ ਵਿੱਚ, ਇਸੇ ਪ੍ਰਕਾਰ ਇਹ ਜੱਗ ਦੇ ਵਿੱਚ ਆਪਾਂ ਕਲਪਦੇ ਹਾਂ ਕਿ ਇਹ ਬ੍ਰਹਮ ਹੈ। ਇਸ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਇੰਨਾ ਕੀ ਬ੍ਰਹਮ ਹੈ ਜਿੰਨਾ ਕੁ ਆਪਾਂ ਨੂੰ ਸਿੱਪੀ ਦੇ ਵਿੱਚ ਚਾਂਦੀ ਪ੍ਰਤੀਤ ਹੁੰਦੀ ਹੈ। ਹੈ ਅਗਿਆਨ ਕਰ ਕਲਪਤ ਸਭ ਜਗ ਅਧਿਸ਼ਿਆਨ ਆਤਮ ਇੱਕ ਚਾਏ। ਇਹ ਸਾਰਾ ਜੱਗ ਅਗਿਆਨ ਕਰਕੇ ਹੀ ਵਿਚਾਰਾ ਕਲਪੀ ਜਾਂਦਾ ਹੈ, ਪਰ ਸਾਰੇ ਜੱਗ ਦਾ ਜਿਹੜਾ ਅਧਿਸ਼ਠਾਨ ਹੁੰਦਾ ਆਸਰਾ ਰੂਪ ਹੈ ਨਾ, ਸਤ ਸਰੂਪ ਹੈ, ਉਹ ਤਾਂ ਵਾਹਿਗੁਰੂ ਹੀ ਹੈ। ਇਸ ਦਾ ਜਿਹੜਾ ਆਸਰਾ ਰੂਪ ਹੈ, ਸਤ ਸਰੂਪ ਹੈ, ਇੱਕ ਆਤਮਾ ਨੂੰ ਹੀ ਸਾਰਿਆਂ ਨਾਲੋਂ ਵੱਡਾ ਮੰਨੋ, ਕਹਿੰਦੇ ਉਹੀ ਸਾਰਿਆਂ ਨਾਲੋਂ ਵੱਡੀ ਹੈ। ਮੈਂ ਜੇਵਰੀ ਜਾਣੈ ਜੋ ਲੱਗ ਤੋ ਲੱਗ ਕਲਪ ਕਲਪ ਦੁੱਖ ਪਾਏ। ਜਦੋਂ ਤੱਕ ਇਹ ਅਸਲੀ ਚੀਜ਼ ਹੈ ਰੱਸੀ, ਰੱਸੀ ਹੈ ਬ੍ਰਹਮ, ਜਦ ਤੱਕ ਬ੍ਰਹਮ ਨੂੰ ਨਹੀਂ ਜਾਣ ਲੈਂਦਾ, ਜਦ ਤੱਕ ਇਹ ਨਹੀਂ ਸਮਝਦਾ ਕਿ ਮੇਰੀ ਆਤਮਾ ਹੀ ਪਰਮਾਤਮਾ ਹੈ, ਉਦੋਂ ਤੱਕ ਬੰਦਾ ਕਲਪੀ ਜਾਂਦਾ। ਤੇ ਜਿੱਦਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਆਤਮਾ ਹਾਂ, ਤੇ ਆਤਮਾ ਤਾਂ ਬਹੁਤ ਵੱਡੀ ਚੀਜ਼ ਹੈ, ਆਤਮਾ ਤਾਂ ਪਰਮਾਤਮਾ ਹੀ ਹੈ, ਉਦਣ ਕਲਪਣੋਂ ਹਟ ਜਾਵਾਂਗੇ, ਉਦਣ ਸਾਰੇ ਦੁੱਖ ਟੁੱਟ ਜਾਣਗੇ, ਉਦਣ ਬ੍ਰਹਮ ਰੂਪ ਹੋ ਜਾਵਾਂਗੇ, ਉਦਣ ਉਸ ਅਵਸਥਾ ਚਲੇ ਜਾਵਾਂਗੇ ਕਿ ਅਬ ਤੂੰ ਹੀ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਉੱਥੇ ਪਹੁੰਚ ਜਾਣਾ ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਇਹਦੇ ਚ ਇੱਕ ਪ੍ਰਮਾਣ ਹੋਰ ਦਿੱਤਾ ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ ਕਿ ਜਿਸ ਪ੍ਰਕਾਰ ਇਹ ਰਾਜਾ ਜਨਕ ਸੁੱਤਾ ਸੀ ਦੁਪਹਿਰ ਦੇ ਵਕਤ, ਰੋਟੀ ਖਾ ਕੇ ਜਦ ਸੌ ਗਿਆ, ਸੁੱਤੇ ਪਏ ਨੂੰ ਸੁਪਨਾ ਆਇਆ ਮੈਂ ਭਿਖਾਰੀ ਬਣ ਗਿਆ, ਪਾਟੇ ਕੱਪੜੇ ਟੁੱਟਿਆ ਠੂਠਾ, ਐਵੇਂ ਚੁਆਨੀ ਜੀ ਹੱਥ ਫੜੀ ਇੱਕ, ਉਹ ਚੁਆਨੀ ਰੁੜ ਕੇ ਗੰਦੀ ਨਾਲੀ ਚ ਡਿੱਗ ਪਈ, ਫਿਰ ਕੱਢੀ ਚਿੱਕੜ ਚ ਹੱਥ ਲਵੇੜ ਲਏ, ਫਿਰ ਗਾਹਾਂ ਚਲੇ ਗਿਆ, ਠੂਠਾ ਜਿਹਾ ਲਿਆ, ਉੱਥੇ ਖਿਚੜੀ ਦੇ ਰਹੇ ਗਰੀਬਾਂ ਨੂੰ, ਵੰਡ ਰਹੇ ਨੇ, ਕੋਈ ਸੇਠ ਉਹਦਾ ਬੰਦਾ ਨੌਕਰ ਵੰਡ ਰਿਹਾ ਖਿਚੜੀ, ਇਹਨੇ ਵੀ ਠੂਠਾ ਅੱਗੇ ਕੀਤਾ। ਉਹ ਕਹਿੰਦਾ ਇੰਨੀ ਦੇਰ ਨਾਲ ਆਇਆ, ਹੁਣ ਤਾਂ ਖਿਚੜੀ ਵਰਤ ਗਈ ਆ, ਮਸਾਂ ਹੀ ਉਹਨੇ ਇਕੱਠੀ ਕੀਤੀ ਖਿਚੜੀ ਜੀ, ਉਹਦੇ ਚ ਪਤੀਲੇ ਚ ਸੀ ਉਹ ਗਰਮ ਗਰਮ, ਉਹ ਪਾ ਦਿੱਤੀ ਇਹਦੇ ਠੂਠੇ ਨਾਲ, ਕੜਛੀ ਮਾਰੀ ਇਹਨੇ ਗਰਮ ਗਰਮ। ਜਦੋਂ ਕੜਛੀ ਮਾਰੀ ਮੂਹਰੋਂ ਦੋ ਝੋਟੇ ਲੜਦੇ ਆ ਗਏ, ਉਹ ਝੋਟੇ ਇਹਦੇ ਉੱਤੇ ਡਿੱਗ ਪਏ, ਵੀ ਡਿੱਗ ਪਿਆ ਕਿਤੇ ਅੱਖ ਖੁੱਲ ਗਈ ਇਹਦੀ। ਉੱਠ ਕੇ ਬੜਾ ਬੜਬਾਹੇ ਜੇ ਉੱਠ ਕੇ ਬੈਠਾ ਹੋਇਆ, ਕਹਿੰਦਾ ਹੈ ਇਹ ਕੀ ਬਣ ਗਿਆ, ਮੈਂ ਏਡਾ ਵੱਡਾ ਰਾਜਾ ਸੁਪਨੇ ਚ ਮੰਗਦਾ ਬਣ ਗਿਆ ਮੈਂ ਤਾਂ, ਇਹ ਤਾਂ ਬੜੀ ਮਾੜੀ ਗੱਲ ਹੋਈ। ਇਹਨੂੰ ਬੜੀ ਹੈਰਾਨਗੀ ਹੋਈ ਇਸ ਗੱਲ ਦੀ, ਉਹ ਪ੍ਰਮਾਣ ਦਿੱਤਾ ਹੈ। ਸੋ
ਜਿਹੜਾ ਸੀ ਨਾ ਰਾਜਾ ਉਹ ਸੁਪਨੇ ਜਿਵੇਂ ਸੁੱਤਾ ਸੌ ਕੇ ਜਿਵੇਂ ਉਹਨੂੰ ਫਿਰ ਰਾਜ ਦੇ ਹੁੰਦਿਆਂ ਸੁਣਦਿਆਂ ਅਛਤ ਰਾਜ ਵਿਛੜਤ ਦੁੱਖ ਪਾਇਆ ਸੋ ਗਤ ਪਈ ਹਮਾਰੀ। ਰਾਜ ਭੁਜੰਗ ਜੈਸੇ ਪ੍ਰਸੰਗ ਹੈ ਅਬ ਕਛ ਮਰਮ ਜਨਾਇਆ। ਰਾਜ ਹੁੰਦਾ ਰੱਜੂ ਰੱਸੀ, ਰੱਸੀ ਦਾ ਪ੍ਰਸੰਗ ਜਿਵੇਂ ਹੈ, ਜਿਵੇਂ ਉਹ ਸਾਨੂੰ ਰੱਸੀ ਸੱਪ ਲੱਗਦੀ ਸੀ ਹਨੇਰੇ ਵਿੱਚ, ਚਾਨਣ ਹੋਣ ਨਾਲ ਬ੍ਰਹਮ ਦਿਖ ਪਿਆ, ਰੱਸੀ ਦਿਖ ਪਈ। ਕਹਿੰਦੇ ਜਦੋਂ ਤੱਕ ਆਪਾਂ ਨੂੰ ਅਸਲੀਅਤ ਦਾ ਗਿਆਨ ਨਹੀਂ ਹੁੰਦਾ, ਅਗਿਆਨਤਾ ਦੇ ਹਨੇਰੇ ਕਰਕੇ ਆਪਾਂ ਨੂੰ ਸੰਸਾਰ ਵਖਰੇਵੇਂ ਚ ਨਜ਼ਰ ਆਉਂਦਾ, ਜਿਸ ਦਿਨ ਬ੍ਰਹਮ ਗਿਆਨ ਹੋ ਗਿਆ ਉਸ ਦਿਨ